ਜਿੰਦਾਬਾਦ 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 ਕੰਨੇ ਚਮਕਾਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਕਰੋਨਾ ਯੋਧੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸਾਡਾ ਧਰਨਾ ਤਾਂ ਜੀ 17-18 ਦਿਨ ਹੋ ਗਏ ਚੱਲ ਰਹੇ ਨੂੰ। ਅਸੀਂ ਸਾਰੇ NRHM ਦੇ ਇੰਪਲਾਈਜ਼ ਹਾਂ। ਅਸੀਂ ਕਰੋਨਾ ਯੋਧੇ ਦੇ ਵੀ ਤੌਰ 'ਤੇ ਸਾਨੂੰ ਅਵਾਰਡ ਮਿਲਿਆ ਹੋਇਆ ਹੈਗਾ ਲਿਖਤੀ ਰੂਪ 'ਚ। ਕਰੋਨਾ ਯੋਧਿਆਂ ਲਈ ਸਾਨੂੰ ਐਲਾਨਿਆ ਗਿਆ ਸੀਗਾ ਵੀ ਅਸੀਂ ਕਰੋਨਾ ਨੂੰ ਹਰਾਇਆ ਹੈਗਾ। ਅਸੀਂ 15-16 ਸਾਲਾਂ ਤੋਂ NRHM ਦੇ ਅੰਡਰ ਹੀ ਕੰਮ ਕਰ ਰਹੇ ਹਾਂ। ਅਸੀਂ ਪੰਜਾਬ ਸਰਕਾਰ ਦਾ ਕੰਮ ਕਰ ਰਹੇ ਹਾਂਗੇ ਅਤੇ ਅਸੀਂ ਇਹਦੇ ਵਿੱਚ ਜਿਵੇਂ ਸਟਾਫ ਨਰਸਸ, ਲੈਬ ਟੈਕਨੀਸ਼ੀਅਨ, ਕਲੈਰੀਕਲ ਵਰਕਰਸ, ANMs ਹੈ, CHOs, ਸਾਰੇ ਕੇਡਰ ਅਸੀਂ ਇਹਦੇ ਵਿੱਚ ਆਉਂਦੇ ਹਾਂਗੇ NHM 'ਚ। ਅਤੇ ਸਾਨੂੰ ਜਿਵੇਂ 15 ਸਾਲਾਂ ਤੋਂ ਇਹ ਲਾਰੇ ਲੱਗ ਰਹੇ ਆ ਵੀ ਅਸੀਂ ਤੁਹਾਨੂੰ ਰੈਗੂਲਰ ਕਰ ਦਾਂਗੇ, ਅਸੀਂ ਐਕਟ ਬਣਾਵਾਂਗੇ ਉਹਦੇ ਅਧੀਨ ਅਸੀਂ ਤੁਹਾਨੂੰ ਲੈ ਕੇ ਰੈਗੂਲਰ ਕਰ ਦਾਂਗੇ, ਪਰ ਹਜੇ ਤੱਕ ਜਿਵੇਂ ਪਹਿਲਾਂ ਅਕਾਲੀ ਸਰਕਾਰ ਗਈ ਹੈਗੀ ਉਹਨਾਂ ਨੇ ਵੀ ਸਾਡੇ ਲਈ ਇੱਕ ਐਕਟ ਤਿਆਰ ਕੀਤਾ ਸੀ, ਪਰ ਉਹਨਾਂ ਨੇ ਵੀ ਟਾਈਮ ਟਪਾ ਕੇ ਕੋਡ ਆਫ ਕੰਡਕਟ ਲੱਗ ਗਿਆ, ਉਹ ਐਵੇਂ ਚਲੇ ਗਏ। ਹੁਣ ਜਿਹੜੀ ਆਪਣੀ ਆਈ ਆ ਕਾਂਗਰਸ ਸਰਕਾਰ ਆਈ ਹੈ, ਇਹ ਵੀ ਕਹਿੰਦੇ ਸੀ ਵੀ ਅਸੀਂ ਐਕਟ 'ਚ ਸੋਧਾ ਕਰ ਰਹੇ ਹਾਂ। ਇਹਨਾਂ ਨੇ ਕਮੇਟੀਆਂ ਬਣਾ ਕੇ ਜੀ ਹੁਣ ਤੱਕ ਇਹ ਇੰਨਾ ਜ਼ਿਆਦਾ ਸ਼ੋਸ਼ੇਬਾਜ਼ੀ ਕੀਤੀ ਵੀ ਕਮੇਟੀਆਂ ਬਣਾ ਤੀਆਂ ਅਸੀਂ ਵੀ ਤੁਹਾਡਾ ਜਿਹੜੇ ਹੈਗੇ ਵਿੱਚ ਅਸੀਂ ਸਹੀ ਕਰਾਂਗੇ, ਐਕਟ ਨੂੰ ਸਹੀ ਸੁਧਾਰ ਰਹੇ ਹਾਂ, ਐਕਟ ਨੂੰ ਸੁਧਾਰ ਰਹੇ ਹਾਂ। ਹੁਣ ਇਹਨਾਂ ਨੇ ਕੀ ਕੀਤਾ, ਉਹ ਐਕਟ ਜਿਹੜਾ ਗਾ ਜਦੋਂ ਕਿ ਜਿਹੜੇ ਪੰਜਾਬ ਗਵਰਨਮੈਂਟ ਦੇ ਇੰਪਲਾਈਜ਼ ਹੈਗੇ ਉਹਨਾਂ ਨੂੰ ਸਿੱਧਾ ਇਹਨਾਂ ਨੇ ਰੈਗੂਲਰ ਕਰਨਾ ਹੁੰਦਾ 3 ਸਾਲਾਂ ਬਾਅਦ, ਇਹਨਾਂ ਨੇ ਕੀ ਕੀਤਾ ਇਹ ਐਕਟ ਉਹਨਾਂ 'ਤੇ ਲਾਗੂ ਕਰਤਾ। ਉਹਦੇ ਵਿੱਚ ਇਹਨਾਂ ਨੇ ਕੋਈ ਵੀ ਜਿਹੜੇ ਸੈਂਟਰ ਗਵਰਨਮੈਂਟ ਦੀ ਸਕੀਮ ਦੇ ਅਧੀਨ ਆ ਜਾਂ ਜਿਹੜੇ ਆਊਟਸੋਰਸ ਵਾਲੇ ਉਹਨਾਂ ਨੂੰ ਕਿਸੇ ਇੰਪਲਾਈਜ਼ ਨੂੰ ਨਹੀਂ ਲਿਆ। ਕਿਸੇ ਵੀ ਜਿਹੜੇ 36,000 ਦੇ ਮੁਲਾਜ਼ਮ ਕਹਿੰਦੇ ਆ ਵੀ ਅਸੀਂ ਰੈਗੂਲਰ ਕੀਤੇ, ਉਹਦੇ ਵਿੱਚ ਸਾਡਾ ਕੋਈ ਇੰਪਲਾਈਜ਼ ਨਹੀਂ ਆ ਰਿਹਾ। ਸਾਰੇ ਦੇਖੋ ਤੁਸੀਂ, ਟੀਚਰਸ ਵੀ ਸੜਕਾਂ 'ਤੇ ਆ, ਹੈਲਥ ਡਿਪਾਰਟਮੈਂਟ ਵੀ, ਬਿਜਲੀ ਵਾਲੇ ਕੰਮ ਵੀ, ਜਲ ਸਪਲਾਈ ਵਾਲੇ ਵੀ, ਜੰਗਲਾਤ ਮਹਿਕਮੇ ਵਾਲੇ ਵੀ, ਜਿਹੜੇ ਵੀ ਹੈਗੇ ਆ ਸਾਰੇ ਇਹ ਸਟ੍ਰਾਈਕ 'ਤੇ ਚੱਲ ਰਹੇ ਆ। ਸਾਨੂੰ ਇਹ ਨਹੀਂ ਸਮਝ ਆ ਰਹੀ ਵੀ 36,000  'ਚ ਇਹਨਾਂ ਨੇ ਰੈਗੂਲਰ ਕਿਹੜੇ ਕੀਤੇ ਆ, ਜਦੋਂ ਕਿ ਜਦੋਂ ਸੈਕਿੰਡ ਵੇਵ ਆਈ ਸੀ ਉਦੋਂ ਅਸੀਂ ਸਟ੍ਰਾਈਕ 'ਤੇ ਜਾਣਾ ਸੀ, ਪਰ ਸਾਨੂੰ ਸਰਦਾਰ ਬਲਵੀਰ ਸਿੰਘ ਜਿਹੜੇ ਸਿਹਤ ਮੰਤਰੀ ਸੀਗੇ ਉਦੋਂ ਉਹਨਾਂ ਨੇ ਕਿਹਾ ਵੀ ਤੁਸੀਂ ਇਸ ਵਾਰ ਜਿਹੜਾ ਹੈਗਾ ਤੁਸੀਂ ਆਪਦਾ ਟਾਈਮ ਟਪਾ ਲਓ, ਅਸੀਂ ਤੁਹਾਨੂੰ ਆਉਂਦੇ ਸਮੇਂ 'ਚ ਅਸੀਂ ਰੈਗੂਲਰ ਕਰਾਂਗੇ। ਪਰ ਉਹ ਤਾਂ ਚਲੋ ਚਲੇ ਗਏ। ਹੁਣ ਇਹ ਜਦੋਂ ਥਰਡ ਵੇਵ ਵੀ ਆਉਣ ਦੀ ਤਿਆਰੀ 'ਚ ਆ, ਹਜੇ ਤੱਕ ਵੀ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਆ। ਅਸੀਂ ਆਪਦੇ ਕਰੋਨਾ ਸਮੇਂ ਵਿੱਚ ਵੀ ਅਸੀਂ ਆਪਦੇ ਬੱਚਿਆਂ ਤੋਂ, ਅਸੀਂ ਆਪਦੇ ਪਰਿਵਾਰਾਂ ਤੋਂ ਵੱਖ ਰਹੇ ਹਾਂਗੇ। ਅਸੀਂ ਆਪਦੀ ਤਨਦੇਹੀ ਨਾਲ ਜਿਹੜੇ NRHM ਇੰਪਲਾਈਜ਼ ਆਪਦੀ ਸੇਵਾ ਕੀਤੀ ਆ, ਪਰ ਇਹਨਾਂ ਨੇ ਹੁਣ 17-18 ਦਿਨ ਹੋ ਗਏ ਅਸੀਂ ਧਰਨੇ 'ਤੇ ਬੈਠੇ, ਸਾਡੀ ਕੋਈ ਸੁਣਵਾਈ ਨਹੀਂ ਆ ਹਜੇ ਤੱਕ। ਅਸੀਂ ਤਾਂ ਦੇਖੋ, ਇਹ ਤਾਂ ਸਰਕਾਰ ਨੇ ਹੱਲ ਕਰਨਾ ਗਾ। ਅਸੀਂ ਫਸਟ ਵੇਵ ਨਾਲ ਵੀ ਨਜਿੱਠੇ, ਸੈਕਿੰਡ ਨਾਲ ਵੀ ਅਸੀਂ, ਸਾਡੇ ਇੰਪਲਾਈਜ਼ ਬਹੁਤ ਜ਼ਿਆਦਾ, ਜਿਵੇਂ ਹੁਣ ਅਸੀਂ ਆਪਦਾ ਟ੍ਰੀਟਮੈਂਟ ਵੀ ਕਰਵਾਉਣਾ, ਉਹਦੇ ਵੀ ਲਈ ਵੀ ਅਸੀਂ ਆਪਦੇ 10 ਰੁਪਏ ਦੀ ਪਰਚੀ ਬਣਵਾਵਾਂਗੇ, ਜਦੋਂ ਕਿ ਅਸੀਂ ਉੱਥੇ ਇੰਨੀਆਂ ਵੱਡੀਆਂ ਬਿਮਾਰੀਆਂ 'ਚ ਸਾਨੂੰ ਅੱਗੇ ਕਰ ਦਿੰਦੇ ਹੈਗੇ। ਗਰਮੀ ਦੇ ਵਿੱਚ ਕਿੱਟਾਂ ਪਾਉਣੀਆਂ ਕਿੰਨੀਆਂ ਮੁਸ਼ਕਿਲ ਸੀ, ਫਿਰ ਵੀ ਅਸੀਂ ਕਿੱਟਾਂ ਪਾ ਕੇ ਸਾਰਾ ਅਸੀਂ ਆਪਦਾ ਜਿਸ ਹਿਸਾਬ ਨਾਲ ਸਾਡੀ ਡਿਊਟੀ ਬਣਦੀ, ਅਸੀਂ ਲੋਕਾਂ ਦੀ ਸੇਵਾ ਕੀਤੀ ਆ। ਹੁਣ ਥਰਡ ਵੇਵ ਲਈ ਦੇਖੋ, ਸਰਕਾਰ ਦੀ ਜ਼ਿੰਮੇਵਾਰੀ ਆ ਲੋਕਾਂ ਨੂੰ ਸਿਹਤ ਸਹੂਲਤਾਂ ਦੇਣੀਆਂ, ਅਤੇ ਉਹ ਸਰਕਾਰ ਨੂੰ ਚਾਹੀਦਾ ਵੀ ਜੇ ਉਹ ਸਾਡੇ ਤੋਂ ਕੰਮ ਲੈਣਾ ਚਾਹੁੰਦੇ ਤਾਂ ਸਾਡੀ ਗੱਲ ਸੁਣਨ, ਸਾਨੂੰ ਰੈਗੂਲਰ ਕਰਨ, ਅਦਰਵਾਈਜ਼ ਸਰਕਾਰ ਦੇ ਆਪਦੀ ਉਹ ਲੜਨ ਨੂੰ ਤਿਆਰ ਹੋਣੀ ਚਾਹੀਦੀ, ਉਹਦੀ ਜ਼ਿੰਮੇਵਾਰੀ ਆ। ਚੰਨੀ ਸਾਹਿਬ ਵੀ ਐਂਡਡ ਐਲਾਨ ਕਰੀ ਜਾਂਦੇ ਹੈਗੇ, ਅਤੇ ਇਹਨਾਂ ਨੇ ਵੀ ਮੈਂ 36,000 ਮੁਲਾਜ਼ਮ ਕਰਤਾ, ਕਰਜ਼ੇ ਮਾਫ਼ ਕਰਤੇ, ਇਹ ਕਰਤਾ ਉਹ ਕਰਤਾ, ਸਾਰਾ ਕੁਛ ਇਹਨਾਂ ਦਾ ਹੀ ਦੇਖੋ ਵੋਟਾਂ ਦਾ ਚੱਕਰ ਆ। ਵੋਟਾਂ ਲੈਣ ਲਈ ਇਹ ਸਾਰਾ ਕੁਛ ਹੁਣ ਕਰ ਰਹੇ ਹੈਗੇ, ਪਰ ਅਸੀਂ ਵੀ ਲੋਕ ਵੀ ਹੁਣ ਤਾਂ ਜਾਗਰੂਕ ਹੋ ਚੁੱਕੇ ਹੈਗੇ, ਅਤੇ ਅਸੀਂ ਵੀ, ਸਾਡੇ ਪਿੱਛੇ ਦੇਖੋ ਸਾਡੇ ਪਰਿਵਾਰ ਦੇ ਕਿੰਨੇ ਕਿੰਨੇ ਜੀ ਆ, ਸਾਡੇ ਰਿਸ਼ਤੇਦਾਰ, ਅਸੀਂ ਸਾਰੇ ਇਹਨਾਂ ਦੀਆਂ ਵੋਟਾਂ ਦਾ ਬਾਈਕਾਟ ਕਰਾਂਗੇ। ਜਿਹੜਾ ਵੀ ਕੋਈ ਆਊਗਾ ਸਾਡੇ ਇਲਾਕੇ 'ਚ ਆਊਗਾ ਤਾਂ ਅਸੀਂ ਉਹਦਾ ਵੀ ਘਰਾਓ ਕਰਾਂਗੇ। ਸਮਾਂ ਥੋੜ੍ਹਾ, ਜੇ ਉਹਨਾਂ ਨੇ ਹੱਲ ਨਾ ਕੀਤਾ ਸਰਕਾਰ ਇਲੈਕਸ਼ਨਾਂ ਤੋਂ ਬਾਅਦ, ਜਾਂ ਇਲੈਕਸ਼ਨਾਂ 'ਚ ਤਾਂ ਤੁਸੀਂ ਵੋਟਾਂ ਦਾ ਰੋਕ ਦਿਓਗੇ, ਇਲੈਕਸ਼ਨਾਂ ਤੋਂ ਬਾਅਦ ਫਿਰ ਉਹਨਾਂ ਕੀ ਕਰਨਾ? ਇਲੈਕਸ਼ਨਾਂ ਤੋਂ ਬਾਅਦ ਵੀ ਅਸੀਂ ਜਿਹੜੀ ਆਉਣ ਵਾਲੀ ਸਰਕਾਰ ਆ, ਪਹਿਲੀ ਗੱਲ ਤਾਂ ਅਸੀਂ ਚੁਣਾਂਗੇ ਉਹ ਸਰਕਾਰ ਜਿਹੜੀ ਸਾਡੀ, ਹੁਣ ਜਿਵੇਂ ਇਹਨਾਂ ਨੇ ਸਾਨੂੰ ਕਿਹਾ ਸੀ ਵੀ ਅਸੀਂ ਘਰ ਘਰ ਨੌਕਰੀ ਦੇਵਾਂਗੇ, ਅਸੀਂ ਸਭ ਤੋਂ ਪਹਿਲਾਂ ਇਹਨਾਂ ਨੇ ਸਾਨੂੰ ਇਹ ਕਿਹਾ ਸੀ ਵੀ ਤੁਹਾਨੂੰ ਪੱਕੇ ਕਰਾਂਗੇ, ਕੈਪਟਨ ਸਰਕਾਰ ਨੇ ਕਿਹਾ ਸੀਗਾ, ਪਰ ਉਹਨਾਂ ਨੇ ਕੁਛ ਨਹੀਂ ਕੀਤਾ। ਹੁਣ ਅਸੀਂ ਉਹੀ ਸਰਕਾਰ ਜਿਹੜੀ ਸਾਨੂੰ ਲਿਖ ਕੇ ਦਊਗੀ ਵੀ ਅਸੀਂ ਕਰਾਂਗੇ ਤਾਂ ਅਸੀਂ ਵੋਟਾਂ ਉਹਨਾਂ ਨੂੰ ਪਾਵਾਂਗੇ। ਚੰਨੀ ਸਾਹਿਬ ਨਾਰਾ ਲਾ ਰਹੇ ਕਿਸੇ ਦਾ ਨਹੀਂ ਕੀਤਾ ਜੀ ਉਹਨਾਂ ਨੇ, ਜਿਹਦਾ ਕੀਤਾ ਮਸਲਾ ਹੱਲ ਸਾਨੂੰ ਦੱਸੋ ਵੀ ਇਹਦਾ ਮਸਲਾ ਹੱਲ ਕਰਤਾ, ਗੱਲਾਂ ਵਾਲੇ ਆ ਜੀ।
ਗੱਲਾਂ ਵਾਲੇ ਗੱਲਾਂ 'ਚ ਹੀ ਸਾਰਾ ਕੁਛ ਕਰੀ ਜਾਂਦੇ ਹੈਗੇ, ਰਿਟਰਨ 'ਚ ਕੁਛ ਨਹੀਂ ਕਰ ਰਹੇ, ਟਾਈਮ ਟਪਾ ਰਹੇ ਹੈਗੇ, ਕੋਡ ਆਫ ਕੰਡਕਟ ਲੱਗ ਜੂਗਾ, ਅਸੀਂ ਉਹ ਚਲੇ ਆਉਂਗੇ, ਪਰ ਫਿਰ ਤਾਂ ਨਹੀਂ ਦੁਆਰੇ ਆਉਣਗੇ। ਫਿਰ ਵੀ ਅੱਗੇ ਵੀ ਇਹਨਾਂ ਨੇ ਸਰਕਾਰ ਬਣਾਉਣੀ ਆ, ਅੱਗੇ ਵੀ ਇਹਨਾਂ ਨੇ ਵੋਟਾਂ ਲੈਣੀਆਂ ਸਾਥੋਂ, ਜੇ ਸਾਥੋਂ ਵੋਟਾਂ ਲੈਣੀਆਂ ਨੇ ਤਾਂ ਸਾਡੇ ਮਸਲੇ ਹੱਲ ਕਰਨਗੇ, ਨਹੀਂ ਲੈਣੀਆਂ ਤਾਂ ਫਿਰ ਉਹਨਾਂ ਦੀ ਆਪਦੀ ਮਰਜ਼ੀ ਹੈਗੀ।